ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੋਲੀਟੀਕਲ ਅਸਾਈਲਮ ਦਾ ਦੌਰ ਚੱਲ ਰਿਹਾ। ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਸ਼ਰਾਬ ਘੁਟਾਲੇ 'ਚ ਈਡੀ ਲੱਭ ਰਹੀ ਹੈ, ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਪੋਲੀਟੀਕਲ ਅਸਾਈਲਮ ਲਿਆ, ਹੁਸ਼ਿਆਰਪੁਰ ਲੁਕੇ ਬੈਠੇ। ਇਸੇ ਤਰੀਕੇ ਕਾਂਗਰਸ ਦੇ 4-5 ਲੀਡਰ ਵਿਜੀਲੈਂਸ ਤੇ ਕੇਸਾਂ ਤੋਂ ਡਰਦੇ, ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੀ ਸ਼ਰਨ ਲਈ ਹੈ। 2-3 ਦਾ ਤਾਂ ਇਹੀ ਸਮਝੌਤਾ ਹੈ ਕਿ ਸਰਕਾਰ ਦੇ ਖਿਲਾਫ ਬੋਲਣਾ ਨਹੀਂ, ਤੇ ਇੱਕ ਨੂੰ ਸਰਕਾਰ ਨੇ ਆਪਣਾ ਬੁਲਾਰਾ ਹੀ ਬਣਾ ਲਿਆ। ਮੇਰੀ ਮੁਰਾਦ ਹੈ ਰਵਨੀਤ ਬਿੱਟੂ ਤੋਂ। ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਛ ਕਹਿ ਦਈਏ, ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ, ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ। ਜੇ ਲੇਟ ਹੋ ਜਾਣ ਫਿਰ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਣੇ ਬਿੱਟੂ, ਅੱਗੋ ਬਿੱਟੂ ਸਾਹਿਬ ਹਾਂਜੀ ਹਾਂਜੀ ਸਰ ਦਿੰਦਾ ਜਵਾਬ। ਯਾਰ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ, ਤੁਹਾਡੀ ਆਪਣੀ ਜ਼ਮੀਰ ਕੀ ਹੈ? ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ ਚ, ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ ਚ, ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟਾਂਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ, ਤੇ ਹੁਣ ਸਰਕਾਰ ਦਾ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪਾਇੰਟਮੈਂਟ ਕੈਂਸਲ ਨਾ ਹੋ ਜੇ। ਐਡੇ ਛੋਟੇ ਮੁਫਾਦਾਂ ਵਾਲੀ ਰਾਜਨੀਤੀ ਕਰਨ ਵਾਲੇ ਲੋਕ ਗੱਲਾਂ ਕਿੰਨੀਆਂ ਵੱਡੀਆਂ ਕਰਨ। ਮੈਂ ਰਵਨੀਤ ਬਿੱਟੂ ਸਾਹਿਬ ਨੂੰ